ज्ञानो बोले आपे बुझे आपे समझे आपे सूझे गुर का कहिया अंक समावे निर्मल सूचे साचो पावे गुर सागर रतनी नहीं तोट लाल पदार्थ साच अखोट गुर कहिया साकार कमावो गुर की करनी काहे तावो नानक गुरमत साच समावो टूटे ने के बोलें सही टूटे बां दुहूं दिश गही टूट परीत गई बोर बोल दूर मत पर हर छाटी टोल टूटे गंठ पड़े विचार गुर शब्दी कार कारज सार लाहा साच ना आवे तोटा त्रे पवन ठाकुर प्रीतम मोटा वाहिगुरु जी का खालसा वाहिगुरु जी की फतेह। सतगुरु गुरु ग्रंथ साहब महाराज सचे पातशाह तिना दी अपार बख्शिश कृपा रहमत दा सदका गुरु दरबार विच सज के आप जी ने साहब जी दी अमृतमई पावन बाणी दा कीर्तन बड़े अदब सत्कार प्यार सहित श्रवण कीता है। गुरु नानक महाराज सचे पातशाह दी अमृतमई पावन बाणी ओंकार राग रामकली दे विचों जिस दी लड़ीवार विचार सतगुरु जी दी अपार कृपा दे नाल आप श्रवण करदे हो। सतगुरु जी दी इस मुबारक बाणी दा 27 अते 28 नंबर पदा आप जी ने श्रवण कीता है। हजूर बख्शिश करदे आ कहिंदे ने ज्ञानो बोले आपे बूझे गुरु जो उपदेश जो मत अपने सेवक नूं सिख नूं मनुखता नूं बख्शिश करदा है। सतगुरु जी आखदे ने उस ज्ञान दे विच उस बोलण दे विच वाहिगुरु दा सच अकाल पुरख वाहिगुरु दी होंद ते हस्ती दा अहसास समाया होया है भाव गुरु दे द्वारा कथिया होया विचार ज्ञान उपदेश सानू अकाल पुरख वाहिगुरु जी दे नेड़े ले जांदा है। इसे लई बाणी दे अंदर सतगुरु ने फरमाया वाह वाह बाणी निरंकार है तिस जेवट अवर ना कोई सच की बाणी नानक आखे सच सुनाए सी सच की बेला जिवें उस अकाल पुरख नूं महसूस कीता अपने जीवन दे अंदर उसका अनुभव किया उस दे प्यार नूं जिवें माणिया ते हंडाया अपने मन की ओ भावना अपनी जिंदगी का ओ डूंगा तजर्बा जिहड़ा है सतगुरु ने बोलां दे राहीं शब्दां दे राहीं साडे नाल सांझा कीता इवें कह सकदे हां जिवें सिद्धां ने गुरु नानक महाराज नूं इह प्रश्न कीता कि जदों तुहाडा मत इह कहिंदा है कि घर परिवार गृहस्थ त्याग के रब नूं बाहर किधरे लब्भण दी लोड नहीं ते फिर तुसां इह जिहड़ा भेख बनाया क्योंकि गुरु नानक महाराज जदों प्रचार फेरी ते गए सन उन्हां ने जोगियां नूं सन्यासियां नूं उदासियां नूं जिहो जे वी लोकां नूं सतगुरु मिले उन्हां ने विरकत उदासी साधुआं वाला लिबास अपने तन उत्ते पहनिया कारण सी कि उन्हां दे नाल विचार ते वटांदरा करन विच कोई औखियाई महसूस ना होवे।
ਜਿਨ੍ਹਾਂ ਮਨੁੱਖਾਂ ਦੀ ਬੁੱਧ ਨੂੰ ਤਿਆਗ ਪੁਣੇ ਦਾ ਹੰਕਾਰ ਚੜਿਆ ਹੋਇਆ ਸੀ ਵੀ ਅਸੀਂ ਤਿਆਗੀ ਹਾਂ ਤੇ ਗ੍ਰਿਸਤੀ ਆਦਮੀ ਰੱਬ ਦੀ ਧਰਮ ਦੀ ਗੱਲ ਸਾਡੇ ਨਾਲ ਕੀ ਕਰ ਸਕਦਾ, ਇਸ ਨਾਲ ਤਾਂ ਗੱਲ ਹੀ ਨਹੀਂ ਕਰਨੀ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਜਿਹੇ ਵਸਤਰ ਧਾਰਨ ਕੀਤੇ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ। ਭੇਖ ਦਾ ਅਰਥ ਹੈ ਬਾਹਰੀ ਤੌਰ ਉੱਪਰ ਧਾਰਨ ਕੀਤਾ ਹੋਇਆ ਆਰਜੀ ਕਿਸਮ ਦਾ ਲਿਬਾਸ। ਕਿਹੜਾ ਲਿਬਾਸ ਧਾਰਨ ਕੀਤਾ ਇਸ ਦਾ ਉੱਤਰ ਭਾਈ ਸਾਹਿਬ ਨੇ ਅੱਧੀ ਪੰਕਤੀ ਵਿੱਚ ਦਿੱਤਾ ਹੈ। ਉਹ ਕਹਿੰਦੇ ਉਦਾਸੀ ਕੀ ਰੀਤ ਚਲਾਈ, ਜਿਸ ਦੀ ਰੀਤ ਜਿਹੜੇ ਭੇਖ ਨੂੰ ਜਿਹੜੇ ਲਿਬਾਸ ਨੂੰ ਪਹਿਨਣ ਦੀ ਮਰਿਆਦਾ ਵਿਰਕਤ ਸਾਧੂ ਉਦਾਸੀ ਕਿਸਮ ਦੇ ਸਾਧੂ ਜਿਹੜੇ ਕਿ ਤਿਆਗੀ ਕਿਸਮ ਦੇ ਲੋਕ ਸਨ ਉਹਨਾਂ ਨੇ ਜੋ ਰੀਤ ਬਣਾਈ ਹੋਈ ਸੀ ਆਪਣੀ, ਉਹੋ ਜਿਹੀ ਪਹਿਰਾਵਾ ਉਹੋ ਜਿਹਾ ਭੇਖ ਮਹਾਰਾਜ ਨੇ ਆਰਜੀ ਤੌਰ ਉੱਪਰ ਬਾਹਰੀ ਰੂਪ ਵਿੱਚ ਧਾਰਨ ਕਰ ਲਿਆ ਤਾਂ ਕਿ ਉਹਨਾਂ ਦੇ ਨਾਲ ਵਿਚਾਰ ਕਰਦਿਆਂ ਉਹਨਾਂ ਕੋਲ ਜਾਂਦਿਆਂ ਔਰ ਇਸ ਢੰਗ ਨਾਲ ਕੋਈ ਔਖਿਆਈ ਮਹਿਸੂਸ ਨਾ ਹੋਵੇ, ਆਪਣਾ ਉਪਦੇਸ਼ ਜਿਹੜਾ ਵਿਚਾਰ ਜਿਹੜਾ ਉਹਨਾਂ ਨਾਲ ਸੌਖਿਆਂ ਸਾਂਝਾ ਕੀਤਾ ਜਾ ਸਕੇ। ਹੁਣ ਜਦੋਂ ਉਹਨਾਂ ਨੂੰ ਸਮਝ ਆ ਗਈ ਜੋਗੀਆਂ ਨੂੰ ਸਿੱਧਾਂ ਨੂੰ ਵੀ ਗੁਰੂ ਨਾਨਕ ਮਹਾਰਾਜ ਦਾ ਮਤ ਤੇ ਗ੍ਰਿਸਤ ਵਿੱਚ ਰਹਿ ਕੇ ਹੀ ਰੱਬ ਦੀ ਭਗਤੀ ਦੀ ਵਕਾਲਤ ਕਰਦਾ, ਗੁਰੂ ਸਾਹਿਬ ਦਾ ਮੰਨਣਾ ਹੈ ਕਿ ਕਿਧਰੇ ਵੀ ਭੱਜਣ ਦੀ ਛੱਡਣ ਦੀ ਇਹ ਸਭ ਕੁਝ ਤਿਆਗਣ ਦੀ ਲੋੜ ਨਹੀਂ, ਤਿਆਗਣੀ ਤਾਂ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਹੰਕਾਰ ਈਰਖਾ ਦਵੈਸ਼ ਨਫ਼ਰਤ ਹੈ, ਬੁਰਾਈ ਤਿਆਗਣੀ ਹੈ ਤਾਂ ਰੱਬ ਨਾਲ ਸੰਬੰਧ ਬਣਦਾ। ਘਰ ਨੂੰ ਛੱਡਣ ਨਾਲ ਰੱਬ ਦੀ ਕੋਈ ਖੁਸ਼ੀ ਨਹੀਂ, ਜੀਵਨ ਦੀਆਂ ਸਰੀਰ ਦੀਆਂ ਲੋੜਾਂ ਦਾ ਤਿਆਗ ਕਰ ਦੇਣ ਨਾਲ ਕੋਈ ਰੱਬ ਖੁਸ਼ ਨਹੀਂ ਹੁੰਦਾ। ਜਦੋਂ ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਵੀ ਗੁਰੂ ਮਹਾਰਾਜ ਤਾਂ ਤਿਆਗ ਔਰ ਇਹ ਸਭ ਕੁਝ ਛੱਡਣ ਦੀ ਸਾਡਾ ਜੋ ਵਿਚਾਰ ਹੈ ਇਸ ਤੋਂ ਵੱਖਰੇ ਵਿਪਰੀਤ ਖੜੇ ਨੇ, ਉਲਟੇ ਖੜੇ ਨੇ, ਤਾਂ ਸੁਭਾਵਿਕ ਗੱਲ ਹੈ ਉਹਨਾਂ ਨੇ ਅਗਲਾ ਸਵਾਲ ਇਹ ਕੀਤਾ ਵੀ ਫਿਰ ਆਹ ਤਨ ਤੇ ਜਿਹੜਾ ਤੁਸੀਂ ਵੇਸ ਧਾਰਨ ਕੀਤਾ ਤੇ ਘਰ ਛੱਡ ਕੇ ਲੰਮੀ ਯਾਤਰਾ ਕਰ ਰਹੇ ਹੋ, ਫਿਰ ਤੁਸੀਂ ਕਾਹਦੇ ਲਈ ਕਰ ਰਹੇ ਹੋ? ਅਸੀਂ ਤੇ ਰੱਬ ਨੂੰ ਪਾਉਣ ਲਈ ਕਰ ਰਹੇ ਹਾਂ। ਜੋਗੀਆਂ ਦਾ ਸਿੱਧਾਂ ਦਾ ਇਹ ਸਵਾਲ ਗੁਰੂ ਨਾਨਕ ਮਹਾਰਾਜ ਨੂੰ ਸੀ। ਸਤਿਗੁਰੂ ਮਹਾਰਾਜ ਨੂੰ ਸਵਾਲ ਕਰਦੇ ਨੇ ਕਿਸ ਕਾਰਨ ਕਿਤ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜ਼ਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਹੇ ਗੁਰੂ ਨਾਨਕ ਮਹਾਰਾਜ, ਤੁਸੀਂ ਕਿਹੜੇ ਤਨ ਦੇ ਉੱਤੇ ਗੇਰੂਏ ਰੰਗ ਦੇ ਭਗਵੇਂ ਰੰਗ ਦੇ ਆ ਸਾਧਾਂ ਵਾਲੇ ਤਿਆਗੀਆਂ ਵਾਲੇ ਇਹ ਉਦਾਸੀਆਂ ਵਾਲੇ ਵਿਰਕਤ ਜੋਗੀਆਂ ਵਾਲੇ ਕੱਪੜੇ ਤੁਸਾਂ ਕਿਉਂ ਪਾਏ ਨੇ ਫਿਰ? ਤੇ ਤੁਸੀਂ ਘਰ ਬਾਰ ਕਾਹਦੇ ਲਈ ਛੱਡਿਆ? ਕਿਹੜੀ ਚੀਜ਼ ਲੱਭਣ ਵਾਸਤੇ ਤੁਸੀਂ ਤੁਰੇ ਹੋ ਜਦੋਂ ਕਿ ਤੁਸੀਂ ਵਕਾਲਤ ਤੇ ਇਹ ਕਰਦੇ ਹੋ ਵੀ ਘਰ ਪਰਿਵਾਰ ਵਿੱਚ ਰਹਿ ਕੇ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ? ਗੁਰੂ ਨਾਨਕ ਮਹਾਰਾਜ ਦਾ ਉੱਤਰ ਸੀ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੈ ਤਾਈ ਭੇਖ ਨਿਵਾਸੀ ਸਾਚ ਵੱਖਰ ਕੇ ਹਮ ਵਣਜਾਰੇ। ਇਹ ਸਿੱਧ ਗੋਸ਼ਟ ਦੀ ਬਾਣੀ ਦੇ ਅੰਦਰ ਸਵਾਲ ਵੀ ਤੇ ਜਵਾਬ ਵੀ ਦੋਵੇਂ ਹੀ ਚੀਜ਼ਾਂ ਅੰਕਤ ਨੇ। ਮਹਾਰਾਜ ਨੇ ਆਖਿਆ ਵੀ ਗੁਰੂ ਦੇ ਰਾਹ ਤੇ ਸਨਮੁਖ, ਗੁਰੂ ਨੂੰ ਸਨਮੁਖ ਰੱਖ ਕੇ ਸੱਚ ਦੇ ਅਭਿਲਾਖੀ ਜਿਹੜੇ ਜੀਵ ਨੇ, ਜਿਹੜੇ ਨੇਕ ਪੁਰਖ ਨੇ, ਮੈਂ ਤਾਂ ਉਹਨਾਂ ਦੀ ਖੋਜ ਭਾਲ ਵਿੱਚ ਨਿਕਲਿਆ ਹੋਇਆ ਵੀ ਗੁਰਮੁਖਤਾਈ ਦਾ ਸੱਚ ਸੰਸਾਰ ਸਾਹਮਣੇ ਪ੍ਰਗਟ ਕੀਤਾ ਜਾ ਸਕੇ, ਔਰ ਮੈਂ ਤਾਂ ਸੱਚ ਦੀ ਵੱਖਰ ਦਾ ਅਭਿਲਾਖੀ ਹਾਂ। ਸੱਚ ਜਿੱਥੇ ਵੀ ਹੋਏ ਉਹਦਾ ਸਤਿਕਾਰ ਹੈ, ਸੱਚ ਜਿਸ ਵੀ ਵਿਅਕਤੀ ਦੇ ਪੱਲੇ ਹੋਏ ਉਹਦਾ ਆਦਰ ਹੈ, ਉਹਦੀ ਰਿਸਪੈਕਟ ਹੈ। ਸਾਚ ਵੱਖਰ ਕੇ ਹਮ ਬਣ ਜਾ ਰਹੇ, ਮੈਂ ਤਾਂ ਸੱਚ ਰੂਪੀ ਵੱਖਰ ਦਾ ਵਪਾਰੀ ਹਾਂ। ਜੇ ਤੁਹਾਡੇ ਕੋਲ ਸੱਚ ਹੋਇਆ ਇੱਥੇ ਸਾਂਝ ਪੈ ਜਾਏਗੀ, ਜੇ ਕਿਤੇ ਹੋਰ ਹੋਇਆ ਉੱਥੇ ਸਾਂਝ ਪੈ ਜਾਏਗੀ, ਭਾਵ ਮੇਰਾ ਸੰਬੰਧ ਸੱਚ ਨਾਲ ਹੈ ਤੇ ਸੱਚ ਹੀ ਅਕਾਲ ਪੁਰਖ ਹੈ। ਇਸ ਕਰਕੇ ਗੁਰੂ ਨਾਨਕ ਮਹਾਰਾਜ ਜੋ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕੂੜਨ ਖੁੱਟੇ ਨਾਨਕਾ ਉੜਕ ਸੱਚ ਰਹੀ, ਸਦੀਵ ਤਾਂ ਸੱਚ ਨਹੀਂ ਰਹਿਣਾ। ਇਸ ਕਰਕੇ ਸੱਚ ਰੂਪ ਪਰਮਾਤਮਾ ਦੀ ਭਾਲ ਖੋਜ, ਸੱਚ ਰੂਪ ਪਰਮਾਤਮਾ ਨਾਲ ਸਾਂਝ ਬਣਾਉਣ ਦਾ ਮੈਂ ਉਦਮ ਪੁਰਸ਼ਾਰਥ ਕਰ ਰਿਹਾ। ਦਇਆਵਾਨ ਧੰਨ ਗੁਰੂ ਨਾਨਕ ਮਹਾਰਾਜ ਦਾ ਇਹ ਉੱਤਰ ਸੁਣ ਕੇ ਸਿੱਧਾਂ ਨੂੰ ਇੰਨੀ ਗੱਲ ਸਮਝ ਵਿੱਚ ਆਈ ਕਿ ਗੁਰੂ ਨਾਨਕ ਮਹਾਰਾਜ ਦਾ ਜੋ ਵਿਚਾਰ ਹੈ ਉਹ ਇਹ ਹੈ ਕਿ ਗੁਰਮੁਖਾਂ ਔਰ ਨੇਕ ਪੁਰਖਾਂ ਦੀ ਭਾਲ ਵਿੱਚ ਗੁਰੂ ਨਾਨਕ ਮਹਾਰਾਜ ਤੁਰੇ ਹੋਏ ਨੇ ਔਰ ਆਪਣਾ ਜੋ ਸੱਚ ਦਾ ਉਪਦੇਸ਼ ਹੈ ਲੋਕਾਂ ਨਾਲ, ਮਨੁੱਖਤਾ ਨਾਲ, ਲੋਕਾਈ ਨਾਲ ਸਾਂਝਾ ਕਰ ਰਹੇ ਨੇ। ਸਤਿਗੁਰਾਂ ਨੇ ਪਹਿਲੀ ਪ੍ਰਚਾਰ ਫੇਰੀ ਦੌਰਾਨ ਭਗਤਾਂ ਦੀ ਬਾਣੀ ਨੂੰ ਆਪ ਇਕੱਤਰ ਕੀਤਾ, ਜਿੱਥੇ ਜਿੱਥੇ ਵੀ ਸਤਿਗੁਰੂ ਗਏ ਉੱਥੋਂ ਦੇ ਮਹਾਨ ਉਹਨਾਂ ਗੁਰਸਿੱਖ ਉਹਨਾਂ ਅਕਾਲ ਪੁਰਖ ਦੇ ਪਿਆਰਿਆਂ ਭਗਤਾਂ ਦੀ ਬਾਣੀ ਜਿਹੜੀ ਸੀ ਉਹ ਸਤਿਗੁਰੂ ਜੀ ਨੇ
ਜਿਹੜੇ ਤਾਂ ਸਮਕਾਲੀ ਸਨ ਉਹਨਾਂ ਕੋਲੋਂ ਬਾਣੀ ਲਈ ਤੇ ਜਿਹੜੇ ਉਸ ਵਕਤ ਸਰੀਰਕ ਰੂਪ ਵਿੱਚ ਮੌਜੂਦ ਨਹੀਂ ਚਲਾਣਾ ਕਰ ਗਏ ਸਨ ਉਹਨਾਂ ਭਗਤਾਂ ਦਾ ਜੋ ਉਪਦੇਸ਼ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਸੰਗੀ ਸਾਥੀਆਂ ਜਾਂ ਉਹਨਾਂ ਦੇ ਸਤ ਸੰਗੀਆਂ ਨੇ ਸੰਭਾਲ ਕੇ ਰੱਖਿਆ ਉਹਨਾਂ ਦੇ ਕੋਲੋਂ ਉਹ ਬਾਣੀ ਜਿਹੜੀ ਆਪ ਗੁਰੂ ਨਾਨਕ ਮਹਾਰਾਜ ਨੇ ਇਕੱਤਰ ਕੀਤੀ। ਇਸ ਬਾਣੀ ਦੀ ਮਹੱਤਤਾ ਇਹ ਹੈ ਕਿ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ। ਜੋ ਕਬੀਰ ਸਾਹਿਬ ਜੀ ਨੇ ਆਪਣੇ ਜੀਵਨ ਅੰਦਰ ਹੰਢਾਇਆ ਮਹਿਸੂਸ ਕੀਤਾ ਤੇ ਕਮਾਇਆ, ਜੋ ਭਗਤ ਰਵਿਦਾਸ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਹੰਢਾਇਆ ਕਮਾਇਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਨੁਭਵ ਕੀਤਾ, ਤਥਾ ਹੋਰ ਮਹਾਨ ਮਹਾਂਪੁਰਖਾਂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੈ, ਉਹ ਸਾਰੀ ਦੀ ਸਾਰੀ ਉਹਨਾਂ ਦੀ ਅਵਸਥਾ ਦੀ ਸੂਚਕ, ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਤੇ ਤਜ਼ਰਬਾ ਹੈ ਜੋ ਉਹਨਾਂ ਨੇ ਸ਼ਬਦਾਂ ਦੇ ਰਾਹੀਂ ਪ੍ਰਗਟ ਕੀਤਾ। ਉਸ ਬਾਣੀ ਨੂੰ ਸਤਿਗੁਰਾਂ ਨੇ ਇਸ ਕਰਕੇ ਆਪਣੀ ਬਾਣੀ ਦੇ ਨਾਲ ਆਦਰ ਤੇ ਸਤਿਕਾਰ ਦਿੱਤਾ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਸ ਬਾਣੀ ਤੋਂ ਹਰ ਇੱਕ ਪ੍ਰਾਣੀ ਮਾਤਰ ਲਾਭ ਲੈ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਦਾ, ਉਹਨਾਂ ਮਹਾਨ ਪੁਰਖਾਂ ਦੇ ਤਜਰਬੇ ਤੋਂ ਅਨੁਭਵ ਤੋਂ ਫਾਇਦਾ ਲੈ ਸਕਦਾ। ਔਰ ਦੂਸਰੀ ਗੱਲ ਇਹ, ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਬਾਣੀ ਦੇ ਅੰਦਰ ਇਹ ਸ਼ਬਦ ਅੰਕਿਤ ਕੀਤਾ ਹੈ, ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇਂ ਗੁਣ ਪੂਰਨ, ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਸ਼ਬਦ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਦੂਸਰਾ ਰੂਪ ਹੈ, ਭਾਵ ਜਿਵੇਂ ਕਿਸੇ ਚੀਜ਼ ਦਾ ਪਰਛਾਵਾਂ ਉਹਦੇ ਤੋਂ ਵੱਖਰਾ ਨਹੀਂ ਹੁੰਦਾ, ਪ੍ਰਤੀਬਿੰਬ ਉਹਦੇ ਤੋਂ ਵੱਖਰਾ ਨਹੀਂ ਹੁੰਦਾ, ਇਸੇ ਤਰ੍ਹਾਂ ਬਾਣੀ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਮਹਿਸੂਸ ਕਰਨ ਦਾ ਇੱਕ ਜ਼ਰੀਆ ਹੈ, ਇੱਕ ਸਾਧਨ ਹੈ, ਉਹਦੀ ਸੋਝੀ ਪਾਉਣ ਦਾ ਇੱਕ ਤਰੀਕਾ ਹੈ। ਇਸ ਕਰਕੇ ਮਹਾਰਾਜ ਨੇ ਸ਼ਬਦ ਵਰਤੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਵੇਂ ਕਿਸੇ ਚੀਜ਼ ਦਾ ਪਰਛਾਵਾਂ ਵੀ ਉਹਦਾ ਆਪਣਾ ਹੀ ਅਕਸ਼ ਹੈ, ਉਹਦਾ ਆਪਣਾ ਹੀ ਰੂਪ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਆਖਦੇ ਨੇ ਗੁਰੂ ਜੋ ਉਪਦੇਸ਼ ਕਰਦਾ, ਜਿਹੜਾ ਉਪਦੇਸ਼ ਸਾਨੂੰ ਸੱਚ ਦੇ ਨੇੜੇ ਲੈ ਜਾਏ, ਸਚਿਆਰਾ ਪੁਰਖ ਬਣਾ ਦੇਵੇ, ਜਿਹੜਾ ਸਾਡੇ ਅੰਦਰੋਂ ਵਹਿਮ ਭਰਮ ਅਗਿਆਨਤਾ ਅੰਧ ਵਿਸ਼ਵਾਸ ਕਰਮ ਕਾਂਡ ਵਿਕਾਰੀ ਜੀਵਨ ਕੂੜਾ ਸੁਭਾਅ ਖਤਮ ਕਰ ਦੇਵੇ, ਸਾਨੂੰ ਪੂਰਨ ਸੱਚ ਭਰੇ ਦੀ ਅਵਸਥਾ ਵਿੱਚ ਲੈ ਜਾਏ, ਉਹ ਗੁਰੂ ਦਾ ਉਪਦੇਸ਼ ਵੀ ਰੱਬ ਦਾ ਅਹਿਸਾਸ ਕਰਾਉਂਦਾ, ਰੱਬ ਦੇ ਨੇੜੇ ਖੜਦਾ, ਸਮਝੋ ਕਿ ਉਸ ਉਪਦੇਸ਼ ਵਿੱਚ ਰੱਬ ਆਪ ਵਸਿਆ ਹੋਇਆ ਹੈ, ਉਸ ਉਪਦੇਸ਼ ਦੇ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਸਾਨੂੰ ਆਵਾਜ਼ ਦੇ ਰਿਹਾ ਹੈ। ਗਿਆਨੋ ਬੋਲੇ ਆਪੇ ਬੁੱਝੈ, ਸਤਿਗੁਰੂ ਆਖਦੇ ਜੋ ਸਾਡੇ ਅੰਦਰ ਸੱਤਾ ਹੈ ਸਮਝਣ ਦੀ ਬੁੱਝਣ ਦੀ, ਉਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਹੈ, ਆਪੇ ਸਮਝੈ ਆਪੇ ਸੂਝੈ, ਇਹ ਉਹਦੀ ਹੋਂਦ ਹੈ ਸਾਡੇ ਅੰਦਰ, ਤਾਕਤ ਹੈ ਵੀ ਜੀਵ ਬੋਲ ਵੀ ਰਿਹਾ, ਸਮਝ ਵੀ ਰਿਹਾ, ਸੁੱਝ ਵੀ ਰਿਹਾ ਉਹਨੂੰ ਸਾਰਾ ਕੁਝ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਕਾ ਕਹਿਆ ਅੰਕ ਸਮਾਵੈ, ਗੁਰੂ ਦੇ ਕਹੇ ਹੋਏ ਨੂੰ ਗੁਰੂ ਦੇ ਰਾਹ ਤੇ ਚੱਲਣ ਵਾਲਾ ਅੰਕ ਦਾ ਅਰਥ ਹੈ ਸੀਨੇ ਨਾਲ ਲਾ ਕੇ ਰੱਖਦਾ, ਉਹਨੂੰ ਮੰਨਦਾ, ਉਹਨੂੰ ਪਿਆਰ ਕਰਦਾ। ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਖੋਲਦੇ ਹਾਂ ਵੀ ਸਿੱਖ ਦਾ ਜੋ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਉਪਦੇਸ਼ ਦੇ ਨਾਲ ਕਿਹੋ ਜਿਹਾ ਵਾਹ ਵਾਸਤਾ ਜੇ ਸੰਬੰਧ ਰਿਹਾ, ਇਹ ਤੇ ਵੱਖਰੀ ਗੱਲ ਹੈ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਖਾਲੀ ਬਹੁਤ ਤਾਤ ਵਿੱਚ ਅਸੀਂ ਜਿਹੜੇ ਹਾਂ ਉਹ ਕੇਵਲ ਰਸਮੀ ਤੌਰ ਉੱਤੇ ਹੀ ਇਹ ਸਾਰਾ ਕੁਝ ਕਰਦੇ ਹਾਂ ਵੀ ਬਾਣੀ ਜਿਹੜੀ ਹੈ ਉਹ ਕੇਵਲ ਰਸਮਾਂ ਨਿਭਾਉਣ ਦਾ ਇੱਕ ਸਾਧਨ ਮਾਤਰ ਬਣ ਗਈ। ਪਰ ਜਦੋਂ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਸਾਡੇ ਪੁਰਾਣੇ ਜੋ ਬਜ਼ੁਰਗ ਸਨ, ਪੁਰਾਣੇ ਗੁਰਸਿੱਖ ਸਨ, ਉਹਨਾਂ ਨੇ ਗੁਰਬਾਣੀ ਦੇ ਨਾਲ ਸਾਂਝ ਬਣਾ ਕੇ ਕਿਸ ਢੰਗ ਨਾਲ ਬਾਣੀ ਤੋਂ ਲਾਭ ਪ੍ਰਾਪਤ ਕੀਤਾ ਉਹਨਾਂ ਵਿਗੜੇ ਹਾਲਾਤਾਂ ਵਿੱਚ, ਮੈਂ ਕੇਵਲ ਇੱਕ ਟੂਕ ਮਾਤਰ ਉਦਾਹਰਣ ਤੁਹਾਡੇ ਸਾਹਮਣੇ ਕਹਿਣੀ ਚਾਹਾਂਗਾ। ਉਹ ਵਿਗੜੇ ਹਾਲਾਤ ਜਦੋਂ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਉਹ ਬੜੇ ਸੰਘਰਸ਼ ਵਿੱਚੋਂ ਲੰਘ ਰਹੇ ਸਨ, ਔਖਾ ਸਮਾਂ ਉਹਨਾਂ ਤੇ, ਜ਼ਿੰਦਗੀ ਤੇ ਮੌਤ ਦਾ ਸਵਾਲ ਉਹਨਾਂ ਸਾਹਮਣੇ ਖੜਾ, ਇਉਂ ਕਹਿ ਲਓ ਚਾਰ ਸ਼ੁਫੇਰੇ ਉਹਨਾਂ ਦੇ ਹਮਲਾਵਰ ਤੇ ਉਹਨਾਂ ਦੀ ਜਾਨ ਦੇ ਵੈਰੀ ਨੇ, ਨਾ ਉਹਨਾਂ ਦੀ ਜ਼ਿੰਦਗੀ ਦਾ ਕੋਈ ਭਲਾ ਹੈ ਕਿਸੇ ਪਾਸਿਓਂ, ਨਾ ਉਹਨਾਂ ਦੇ ਧਨ ਮਾਲ ਦੀ ਕੋਈ ਰਾਖੀ ਹੈ ਕਿਸੇ ਪਾਸਿਓਂ, ਹਰ ਚੀਜ਼ ਉਹਨਾਂ ਦੇ ਉੱਤੇ ਲਾਗੂ ਹੋ ਕੇ ਵੈਰੀ ਬਣ ਚੁੱਕੀ ਹੈ, ਐਨ ਮੌਤ ਦੀ ਕਗਾਰ ਦੇ ਉੱਤੇ ਕੰਢੇ ਦੇ ਉੱਤੇ ਉਹ ਖੜੇ ਨੇ। ਉੱਥੇ ਉਹਨਾਂ ਦੇ ਸਾਹਮਣੇ ਕੋਈ ਚੀਜ਼ ਹੈ ਜੋ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਰਹੀ, ਪ੍ਰਾਣਾਂ ਦਾ ਆਧਾਰ ਰਹੀ, ਉਹ ਹੈ ਸਤਿਗੁਰੂ ਦਾ ਮੁਬਾਰਕ ਉਪਦੇਸ਼। ਇਹੋ ਜਿਹੇ ਵਿਖੜੇ ਹਾਲਾਤ ਜਿੱਥੇ ਖਾਣ ਪੀਣ ਪਹਿਨਣ ਜੀਣ ਦੇ ਵੀ ਲਾਲੇ ਪੈ ਜਾਣ ਇੱਕ ਤਰ੍ਹਾਂ ਨਾਲ,
ਜਿੱਥੇ ਉਹਨਾਂ ਦੀ ਇੱਕ ਇੱਕ ਜਾਨ ਵੀ ਸਰਕਾਰ ਵਾਸਤੇ ਬੜੀ ਕੀਮਤੀ ਹੋਵੇ, ਵੀ ਉਹਨੂੰ ਖਤਮ ਕਰਨਾ ਹੀ ਸਰਕਾਰ ਦਾ ਨਿਸ਼ਾਨਾ ਹੋਵੇ, ਉਹਨਾਂ ਦਾ ਧਰਮ ਕਲਚਰ ਸਭ ਕੁਝ ਹੀ ਖਤਰੇ ਵਿੱਚ ਹੋਵੇ, ਉੱਥੇ ਉਹਨਾਂ ਦੇ ਕੋਲ ਇੱਕੋ ਹੀ ਚੀਜ਼ ਦਾ ਆਸਰਾ ਬਾਕੀ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਸ਼ਬਦ। ਉਹਨਾਂ ਵਿਗੜੇ ਸਮਿਆਂ ਵਿੱਚ ਵੀ ਉਹਨਾਂ ਸਤਿਗੁਰੂ ਦੇ ਸ਼ਬਦ ਨਾਲ ਇੰਨੀ ਕੁ ਪ੍ਰੀਤ ਪਾਈ ਰੱਖੀ, ਇੰਨਾ ਕੁ ਸਾਂਝ ਬਣਾਈ ਰੱਖੀ, ਔਰ ਇਸ ਕਦਰ ਬਾਣੀ ਦੇ ਪਿਆਰ ਦੇ ਵਿੱਚ ਉਹ ਜੀਵੇ ਕਿ ਸਤਿਗੁਰੂ ਦੀ ਬਾਣੀ ਨੇ ਉਹਨਾਂ ਦੀ ਮਾਨਸਿਕ ਆਤਮਕ ਅਵਸਥਾ ਨੂੰ ਬਹੁਤ ਉੱਚੀ ਔਰ ਚੜ੍ਹਦੀ ਕਲਾ ਵਿੱਚ ਰੱਖਿਆ, ਜਿਸ ਕਰਕੇ ਇਹਨੇ ਵਿਖੜੇ ਪੈਂਡੇ ਵੀ ਉਹਨਾਂ ਨੇ ਹੱਸ ਕੇ ਬੜੇ ਸਹਿਜ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਤੈਅ ਕੀਤੇ ਨੇ। ਇਹ ਆਪਣੇ ਆਪ ਵਿੱਚ ਇਤਿਹਾਸ ਦੇ ਪੰਨਿਆਂ ਦੇ ਉੱਤੇ ਇੱਕ ਮਿਸਾਲ ਹੈ। ਜੇ ਅਸੀਂ ਇਤਿਹਾਸ ਦੇ ਉਹ ਪੰਨੇ ਖੋਲ ਕੇ ਵੇਖੀਏ ਤਾਂ ਉਹਨਾਂ ਦੀ ਜ਼ਿੰਦਗੀ ਦੇ ਹਾਸਿਆਂ ਦਾ, ਉਹਨਾਂ ਦੀ ਜ਼ਿੰਦਗੀ ਦੀ ਚੜ੍ਹਦੀ ਕਲਾ ਦਾ, ਉਹਨਾਂ ਦੀ ਜ਼ਿੰਦਗੀ ਦੇ ਸਕੂਨ ਤੇ ਤਸੱਲੀ ਦਾ ਰਾਜ ਕੀ ਹੋ ਸਕਦਾ ਹੈ ਐਸੇ ਵਿਖੜੇ ਹਾਲਾਤਾਂ ਵਿੱਚ, ਇਹ ਸਾਨੂੰ ਸੌਖਿਆਂ ਸਮਝ ਵਿੱਚ ਆ ਜਾਏਗਾ। ਅੱਜ ਤਾਂ ਸਾਡੇ ਕੋਲ ਸਾਧਨ ਨੇ ਤੇ ਸਾਧਨਾਂ ਦੇ ਨਾਲ ਅਸੀਂ ਕਰਮਕਾਂਡੀ ਵੀ ਬਹੁਤੇ ਹੋ ਗਏ, ਆਲਸੀ ਵੀ ਬਹੁਤੇ ਹੋ ਗਏ, ਪਰ ਇਹ ਬਾਣੀ ਦਾ ਹੀ ਅਸਰ ਸੀ ਵੀ ਉਹਨਾਂ ਔਖੇ ਸਮਿਆਂ ਦੇ ਵਿੱਚ ਵੀ ਆਪਣਾ ਆਪ ਕਟਵਾ ਲੈਣ ਵਾਲੇ ਉਹ ਲੋਕ, ਸਭ ਕੁਝ ਆਪਣੇ ਹੱਥੋਂ ਗਵਾ ਲੈਣ ਵਾਲੇ ਉਹ ਲੋਕ ਫਿਰ ਵੀ ਚੜ੍ਹਦੀ ਕਲਾ ਵਿੱਚ ਔਰ ਉਹਨਾਂ ਦੀ ਜ਼ਿੰਦਗੀ ਦਾ ਸਕੂਨ ਤੇ ਤਸੱਲੀ ਕੋਈ ਨਹੀਂ ਖੋ ਸਕਿਆ। ਕਾਰਨ ਸੀ ਗੁਰਬਾਣੀ ਦੇ ਉਸ ਅਨੁਭਵ ਨੂੰ ਉਹਨਾਂ ਨੇ ਹੰਢਾਇਆ, ਆਪਣੇ ਜੀਵਨ ਦੇ ਅੰਦਰ ਮਾਣਿਆ, ਇਸ ਦਾ ਜੋ ਸਵਾਦ ਹੈ ਗੁਰਬਾਣੀ ਦਾ ਉਸਨੂੰ ਆਪਣੀ ਜ਼ਿੰਦਗੀ ਦੇ ਅੰਦਰ ਟਿਕਾਇਆ। ਇਹੀ ਸਭ ਤੋਂ ਵੱਡਾ ਰਾਜ ਸੀ ਜੋ ਸਾਡੇ ਸਾਹਮਣੇ ਅੱਜ ਇਤਿਹਾਸ ਦੇ ਰੂਪ ਵਿੱਚ ਮੌਜੂਦ ਹੈ, ਭਾਵ ਸੀਨੇ ਨਾਲ ਲਾ ਕੇ ਰੱਖਿਆ ਜੋ ਗੁਰੂ ਨੇ ਆਖਿਆ। ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੂਚੇ ਸਾਚੋ ਭਾਵੈ। ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਦੇ ਨਾਲ ਸੱਚਾ ਵਾਹਿਗੁਰੂ, ਉਹਦਾ ਨਾਮ, ਉਹਦੇ ਗੁਣ ਮੰਨ ਕਰਕੇ ਪਿਆਰੇ ਲੱਗਣ ਲੱਗ ਪੈਣ, ਭਾ ਜਾਣ, ਚੰਗੇ ਲੱਗਣ ਮਨ ਨੂੰ ਰੱਬ ਦੀਆਂ ਗੱਲਾਂ, ਰੱਬ ਦੇ ਗੁਣ, ਕਹਿੰਦੇ ਨੇ ਉਹ ਪਵਿੱਤਰ ਜੀਵਨ ਦੇ ਮਾਲਕ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸਹੀ ਮਾਇਨਿਆਂ ਚ ਸੁੱਚੇ ਨੇ, ਸੁੱਚੇ ਦਾ ਅਰਥ ਹੁੰਦਾ ਪਵਿੱਤਰ ਜੀਵਨ ਵਾਲੇ। ਉਹਨਾਂ ਦੀ ਜ਼ਿੰਦਗੀ ਨਿਰਮਲ ਮੈਲ ਤੋਂ ਰਹਿਤ ਹੋ ਜਾਂਦੀ ਹੈ, ਨਾ ਦੁਰਮਤ ਦੀ ਮੈਲ ਲੱਗਦੀ ਹੈ, ਨਾ ਵਿਕਾਰਾਂ ਦੀ ਮੈਲ, ਨਾ ਬੁਰਾਈ ਦੀ ਮੈਲ ਉਹਨਾਂ ਦੇ ਮਨ ਨੂੰ ਚੰਬੜਦੀ ਹੈ। ਮਹਾਰਾਜ ਕਹਿੰਦੇ ਨੇ ਗੁਰ ਕੀ ਗੁਰ ਕਹਿਆ, ਜੋ ਗੁਰੂ ਨੇ ਆਖਿਆ, ਗੁਰ ਕਾ ਕਹਿਆ ਅੰਕ ਸਮਾਵੈ। ਪਰ ਇਹ ਜੀਵਨ ਕਿਵੇਂ ਬਣਿਆ ਵੀ ਜੋ ਗੁਰੂ ਨੇ ਕਿਹਾ ਉਹਨੂੰ ਉਹਨਾਂ ਨੇ ਸੀਨੇ ਨਾਲ ਲਾ ਕੇ ਰੱਖਿਆ, ਪਿਆਰ ਕੀਤਾ ਧੋਰ ਆਤਮਾ ਤੋਂ, ਜਿਸ ਨੂੰ ਮਹਾਰਾਜ ਬਾਣੀ ਚ ਆਖਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰਹੇ। ਜਿਹੜੀ ਬਾਣੀ ਗੁਰੂ ਦੇ ਮਨ ਧੁਰ ਆਤਮਾ ਦੇ ਵਿੱਚੋਂ ਪ੍ਰਗਟ ਹੋਈ ਏ, ਉਹ ਬਾਣੀ ਨਾਲ ਮੈਨੂੰ ਅਥਾਹ ਪਿਆਰ ਹੈ, ਉਹ ਬਾਣੀ ਮੇਰੇ ਵਾਸਤੇ ਨਿਰੰਕਾਰ ਦਾ ਅਕਸ਼ ਰੂਪ ਹੈ। ਸਤਿਗੁਰੂ ਜੀ ਆਖਦੇ ਨੇ ਗੁਰ ਸਾਗਰ ਰਤਨੀ ਨਹੀਂ ਤੋਟ। ਜਿਹੜੇ ਗੁਰੂ ਦੇ ਰਾਹ ਦੇ ਪਾਂਧੀ ਨੇ, ਗੁਰੂ ਦੀ ਗੱਲ ਮੰਨ ਕੇ ਤੁਰਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਗੁਰੂ ਦੇ ਗੁਰੂ ਰੂਪੀ ਸਾਗਰ ਦੇ ਵਿੱਚੋਂ ਗੁਰਮੁਖਤਾਈ ਦੇ ਗੁਣਾਂ ਦੇ ਕੀਮਤੀ ਰਤਨ ਲੱਭਦੇ ਨੇ। ਬਾਣੀ ਦਾ ਬੋਲ ਆਪ ਪੜ੍ਹਦੇ ਹੋ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜਿਹਦੇ ਕੋਲ ਕੀਮਤੀ ਚੀਜ਼ਾਂ ਹੋਣ ਉਹਨੂੰ ਅਸੀਂ ਦੌਲਤਮੰਦ ਕਹਿੰਦੇ ਹਾਂ, ਅਮੀਰ ਕਹਿੰਦੇ ਹਾਂ, ਰਈਸ ਕਹਿੰਦੇ ਹਾਂ। ਇਸੇ ਤਰ੍ਹਾਂ ਜਿਹਦੇ ਪੱਲੇ ਗੁਰੂ ਸਾਹਿਬ ਕਹਿੰਦੇ ਨੇ ਦਇਆ ਹੈ, ਧਰਮ ਹੈ, ਨੇਕੀ ਹੈ, ਪਰਉਪਕਾਰ ਹੈ, ਸੇਵਾ ਹੈ, ਸਬਰ ਹੈ, ਸੰਤੋਖ ਹੈ, ਸਿਦਕ ਹੈ, ਭਰੋਸਾ ਹੈ, ਇਹ ਗੁਣ ਨੇ। ਇਹ ਗੁਣ ਕੀਮਤੀ ਰਤਨ ਹੀਰੇ ਲਾਲ ਜਵਾਹਰਾਤ ਨੇ, ਪਰ ਇਹ ਕਿਵੇਂ ਪ੍ਰਾਪਤ ਹੁੰਦੇ ਨੇ? ਸਹਿਣ ਸਾਡੇ ਅੰਦਰ ਸਾਨੂੰ ਸੋਝੀ ਨਹੀਂ। ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਨਾਲ ਅਸੀਂ ਆਪੇ ਦੀ ਸੋਝੀ ਪਾ ਲਈਏ, ਆਪਣੇ ਆਪ ਨੂੰ ਜਾਣ ਲਈਏ, ਆਪਣੇ ਮਨ ਅੰਦਰ ਇਹ ਗੁਣ ਟਿਕਾ ਲਈਏ ਬਾਣੀ ਦੀ ਪ੍ਰੈਕਟਿਸ ਨਾਲ, ਬਾਣੀ ਦੇ ਅਭਿਆਸ ਨਾਲ, ਸ਼ਬਦ ਦੀ ਕਮਾਈ ਦੇ ਨਾਲ, ਫਿਰ ਆਤਮਕ ਤੇ ਮਾਨਸਿਕ ਤੌਰ ਉੱਪਰ ਅਸੀਂ ਕੰਗਾਲ ਨਹੀਂ ਰਹਿੰਦੇ, ਅਸੀਂ ਅਮੀਰ ਹੋ ਜਾਂਦੇ ਹਾਂ। ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੀਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏਤ ਖਜ਼ਾਨੈ ਲਿਆ ਰਲਾਏ। ਉਹਨੂੰ ਦੌਲਤਮੰਦ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੇ। ਕੱਲਾ ਸੰਸਾਰ ਦੀ ਦੌਲਤ ਨਾਲ ਸੰਸਾਰਕ ਪੱਧਰ ਤੇ ਬੰਦਾ ਅਮੀਰ ਮੰਨਿਆ ਜਾਂਦਾ, ਪਰ ਸਹੀ ਮਾਇਨਿਆਂ ਚ ਜ਼ਿੰਦਗੀ ਦੀ ਜਿਹੜੀ ਅਮੀਰੀ ਏ ਉਹ ਉਹਨਾਂ ਦੇ ਪੱਲੇ ਹੈ ਜਿਨ੍ਹਾਂ ਦੇ ਪੱਲੇ ਇਹ ਅਸੂਲ ਤੇ ਗੁਣ ਨੇ। ਤੋ ਲੋਕ ਉਹਨਾਂ ਦੀ ਜ਼ਮੀਰ ਨੂੰ ਖਰੀਦਣ ਦਾ ਸੌਦੇਬਾਜ਼ੀ ਕਰਦੇ ਨੇ,
लोग उन्हां नूं डराउंदे ने, लोग उन्हां नूं लालच दिंदे, पर संसार की तमाम दौलत भी उन्हां सामने तुच्छ जिही नजर आउंदी है जदों उह अपने असूल अपने गुण की खातर अपना आपा कुरबान करन लई तैयार हो जाण। उन्हां दी अमीरी दे सामने दुनिया दीआं सब दौलतां दी चकाचौंध फिक्की पै जांदी है। सतगुरु महाराज बख्शिश करदिआं आखदे ने, लाल पदार्थ साच या खोट, उन्हां दे कोल बड़ा कीमती नाम गुणा दा पदार्थ हुंदा है, सच रूपी पदार्थ जिहड़ा अखोट निखोटदा नहीं, खत्म नहीं हुंदा, मुकदा कदे नहीं, आप भी रज के वरतदे ने, दूसरिआं नूं भी रज के वरताउंदे ने। भाव यह है कि जिदे पले सच है ना, उन्हों चंगी गल आप हंडाउन ते चंगा ज्ञान संसार विच वंडन विच कदे भी कंजूसी नहीं हुंदी, झिझक नहीं हुंदी। वह रज के वरतदा है अपने जीवन दे भले लई ते रज के ही खर्चदा है संसार वास्ते। ताइयों ते शब्द कहे ने, खाम है खर्चा रल मिल भाई, भी इस नूं आप भी भोगना है, मानना है इस जीवन नूं ते नाल नाल संसार विच भी इस दी दुहाई दिंदे रहना है। जिस नूं बाणी दे विच महाराज कहिंदे, आप जपो अवरां नाम जपावो, भी जिस सच नूं आप हंडाया उहनूं लोकां दे सामने भी बयान कीता तां कि होर भी उस तों लाहा ते लाभ लै सकण। महाराज आखदे ने, गुर कहिया साकार कमावो, गुर की करनी काहे धावो। हे भाई, जो गुरु ने आख्या जो गुर कहे सोई भल मानो, हर हर कथा निराली। ओ कार करो, ओ काम करो, उस राह दे उत्ते चलो जो गुरु दस रहा, गुरु दे दर्शाए मार्ग दे उत्ते। इनू महाराज कहिंदे ने बाणी दे अंदर, भुले मार्ग जिन्हें बताया, भुलिया होया नूं जिसने सही राह दे दिता, जिंदगी जीवन दा चाझा चार सिखा दिता, ऐसा गुर वडभागी पाया, वड्डे भागा नाल ऐसा गुरु मिलिया। भुले सिख गुरु समझाए, भुलिया होया नूं सिख्या दे के गुरु ने समझा के उजड़े जांदे मार्ग पाए, उजड़े राह दे उत्ते तुरिया जांदिआं नूं सानू गुरु ने चंगा जिंदगी दा राह दे दिता। जिस जीवन विच तसल्ली है, सुकून है, आनंद है, जिस जीवन दे अंदर बेशुमार गुण ने, सच्यारापन है, जिंदगी दा एक अदुत्ती रस है, ओह रस्ता गुरु ने अपने सिख नूं दृढ़ करवाया, उपदेश दे के, मत दे के, समझा के। पर हजूर नाल ही एक गल तो सुचेत करदे ने, गुर की करनी काहे धावो, जो गुरु ने आख्या उस राह नूं छड्ड के होर पासे हे भाई क्यों दौड़दे हो, उत्थे भटकना ही भटकना है, उत्थे दुख ही दुख ने। गुरु दरसाए मार्ग तो थिड़क के जिंदगी जिहड़ी ओह मनमुखताई दी खड्ड विच डिगेगी और जीवन विकारां नाल बुराइयां नाल भर जाएगा, लिबड़ जाएगा, उजड़ पै जाएगा, गवाच जाओगे संसार की भीड़ अंदर जे गुरु दे मार्ग तो खुंझ के। इस करके गुर की करनी, गुरु दे दसे राह तो थिड़क के, काहे धावो, किस पासे दौड़ रहे हो, किस पासे भज रहे हो, उधर तुहानू कोई मंजिल नसीब नहीं होवेगी। ताइयों तो आखिए, जे को गुर ते वेमुख होवे बिन सतगुर मुक्त ना पावे, पावे मुक्त ना होर थै कोई, पुछो बबेकियां जाए, अनेक जूनी भरमे आवे बिन सतगुर मुक्त ना पाए, फिर मुक्त पाए लाग चरणी, सतगुरु शब्द सुनाए कहे नानक, विचार देखो बिन सतगुर मुक्त ना पाए। इस करके हजूर आखदे ने, एक मार्ग है, नानक गुरमत साच समावो। हे भाई, गुरु दी मत दे राही उस सच विच समा जाओ, सचियारे जीवन दी प्राप्ति करो, पूर्ण सच भर जाओ, भाव अपना आत्मक मानसिक जीवन सच विच अभेद कर लवो। अंदरूनी तौर ते सच नूं जे हंडाउणा है, अकाल पुरख वाहिगुरु दा मानसिक आत्मक रूप होके विचरना है, तां सतगुरु आखदे ने गुरु दी मत ही इको एक मार्ग ते रस्ता है। अगलेरे बंद विच हजूर कुछ उदाहरणां दिंदे ने, कहिंदे ने, टूटे ने के बोले सही, साडा कोई मित्र होवे, साडा उहदे नाल बड़ा उठण बहन प्रेम भाव सांझ बनी होवे, पर जे किधरे उहदे जीवन विच कोई खामी ते गलती होवे, कई बार ऐसा हुंदा है, असीं उहदे मूंह ते कह दईए वी तूं तां बहुत वड्डी गलती कीती, ते साडा ने साडी सांझ उहदे नाल टुट जांदी है। सतगुरु कहिंदे, कई बार सही गल कहां किसे दे मूंह उपर, किसे दे सामने सही गल कह दे लैण नाल उहदे नालों सांझ ही टुट जांदी है, बोलचाल ही बंद हो जांदी। टूटे ने जिहड़ा संबंध है, ने है प्यार है, ਉਹ ਸਾਂਝ ਟੁੱਟ ਗਈ ਕਿਵੇਂ ਕਿ ਬੋਲੇ ਸਹੀ, ਜਦੋਂ ਅਸੀਂ ਸਹੀ ਗੱਲ ਕਹਿ ਦਿੱਤੀ ਮੂੰਹ ਦੇ ਉੱਤੇ,
ਉਹਨੂੰ ਇਸ ਗੱਲ ਦੀ ਤਕਲੀਫ ਪਹੁੰਚੀ ਵੀ ਮੇਰੇ ਸਾਹਮਣੇ ਕੀ ਗੱਲ ਕਹਿ ਦਿੱਤੀ, ਇਹ ਤਾਂ ਨਹੀਂ ਸੀ ਕਹਿਣੀ ਚਾਹੀਦੀ। ਮਹਾਰਾਜ ਆਖਦੇ ਨੇ ਹੰਕਾਰ ਨੂੰ ਜਦੋਂ ਚੋਟ ਵੱਜਦੀ ਏ ਤੇ ਮਨੁੱਖ ਦੂਸਰੇ ਮਨੁੱਖ ਦੇ ਨਾਲੋਂ ਸਾਂਝ ਤੋੜ ਲੈਂਦਾ, ਬੋਲ ਚਾਲ ਬੰਦ ਕਰ ਲੈਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਵੇਂ ਸਹੀ ਗੱਲ ਬੁਰੇ ਆਦਮੀ ਦੇ ਨਾਲ ਸਾਂਝ ਨਹੀਂ ਨਿਭਣ ਦਿੰਦੀ, ਇਸੇ ਤਰ੍ਹਾਂ ਟੂਟੇ ਬਾਂਹ ਦੋਹੂੰ ਦਿਸ਼ ਗਈ, ਬੰਦੇ ਨੂੰ ਦੋਵਾਂ ਪਾਸਿਆਂ ਤੋਂ ਫੜ ਕੇ ਕੋਈ ਖਿੱਚ ਰਿਹਾ ਹੋਵੇ ਤੇ ਬਾਂਹ ਦਾ ਟੁੱਟ ਜਾਣਾ ਸੁਭਾਵਿਕ ਹੈ, ਦੋਵਾਂ ਪਾਸੇ ਵੱਲ ਖਿੱਚਿਆ। ਉਦਾਹਰਣ ਦੇ ਕੇ ਆਖਦੇ ਨੇ ਟੂਟ ਪ੍ਰੀਤ ਗਈ ਬੁਰ ਬੋਲ, ਜਿਵੇਂ ਕੋਈ ਬੜੀ ਮਾੜੀ ਘਟੀਆ ਗੱਲ ਕਹਿਣ ਨਾਲ ਵੀ ਕਿਸੇ ਨਾਲ ਪਿਆਰ ਸਾਂਝ ਟੁੱਟ ਜਾਂਦੀ ਹੈ, ਕਿਸੇ ਨੂੰ ਗਾਲ ਕੱਢ ਦਿੱਤੀ, ਕਿਸੇ ਵਿਰੋਧ ਵਿੱਚ ਗਵਾਹੀ ਦੇ ਦਿੱਤੀ, ਕਿਸੇ ਨੂੰ ਮਾੜਾ ਬਚਨ ਕਹਿ ਦਿੱਤਾ, ਐਸੀ ਗੱਲ ਕਹਿ ਦਿੱਤੀ ਜਿਹੜੀ ਬਰਦਾਸ਼ਤ ਤੋਂ ਬਾਹਰ ਹੋਵੇ ਔਰ ਨਹੀਂ ਸੀ ਕਹਿਣੀ ਚਾਹੀਦੀ। ਬੋਰ ਬੋਲਦਾ ਅਰਥ ਹੈ ਭੈੜੀ ਗੱਲ ਕਰ ਦੇਣੀ, ਘਟੀਆ ਗੱਲ ਕਰਨੀ, ਘਟੀਆ ਗੱਲ ਕਰ ਦੇਣ ਦੇ ਨਾਲ ਵੀ ਸਾਂਝ ਜਿਵੇਂ ਟੁੱਟ ਜਾਂਦੀ ਏ। ਮਹਾਰਾਜ ਆਖਦੇ ਨੇ ਇਸੇ ਤਰ੍ਹਾਂ ਦੁਰਮਤ ਪਰ ਹਰ ਛਾਡੀ ਢੋਲ, ਜਿਨ੍ਹਾਂ ਦੇ ਪੱਲੇ ਦੁਰਮਤ ਹੈ ਭੈੜੀ ਮਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਰੱਦੇ ਜਾਂਦੇ ਹਨ। ਇਹ ਉਦਾਹਰਣਾਂ ਤਿੰਨ ਨੇ। ਪਹਿਲੀ ਉਦਾਹਰਣ ਹੈ ਵੀ ਸਹੀ ਗੱਲ ਕਹਿਣ ਨਾਲ, ਸਹੀ ਗੱਲ ਮੂੰਹ ਦੇ ਉੱਤੇ ਕਹਿ ਦਈਏ ਤਾਂ ਵੀ ਸਾਂਝ ਟੁੱਟ ਜਾਂਦੀ ਏ। ਜਦੋਂ ਰੱਬ ਦੇ ਗੁਣ ਸਾਡੇ ਸਾਹਮਣੇ ਆਉਂਦੇ ਨੇ, ਸਾਡਾ ਸੁਭਾਅ ਹੈ ਜ਼ਹਿਰ ਪੀਣ ਦਾ, ਰੱਬ ਦੇ ਗੁਣ ਗੁਰੂ ਦਾ ਸ਼ਬਦ ਅੰਮ੍ਰਿਤ ਸਰੂਪ ਏ, ਤੇ ਹੋ ਸਕਦਾ ਸਾਡੇ ਹੰਕਾਰ ਨੂੰ ਸੱਟ ਵੱਜੇ, ਅਸੀਂ ਰੱਬ ਦੀ ਹੋਣ ਤੋਂ ਹੀ ਮੁਨਕਰ ਹੋ ਜਾਈਏ, ਗੁਰੂ ਦੇ ਸ਼ਬਦ ਨਾਲੋਂ ਹੀ ਸਾਂਝ ਤੋੜ ਲਈਏ ਵੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ। ਦੂਸਰੀ ਉਦਾਹਰਣ ਹੈ ਵੀ ਦੋ ਪਾਸਿਆਂ ਵੱਲ ਇੱਕ ਬੰਦੇ ਨੂੰ ਦੋ ਜਾਣੇ ਖਿੱਚਣ ਤੇ ਬਾਂਹ ਟੁੱਟ ਜਾਏਗੀ, ਕਰੈਕ ਹੋ ਜਾਏਗੀ। ਦੁਬਧਾ ਵਿੱਚ ਪਿਆ ਹੋਇਆ ਇਨਸਾਨ ਹਮੇਸ਼ਾ ਆਪਣਾ ਨੁਕਸਾਨ ਕਰਵਾਉਂਦਾ, ਜਿਹੜਾ ਚਾਹੁੰਦਾ ਨਾ ਵੀ ਝੂਠ ਨਾਲ ਵੀ ਸਾਂਝ ਬਣੀ ਰਹੇ, ਸੱਚ ਨਾਲ ਵੀ ਬਣੀ ਰਹੇ। ਗੁਰਮਤ ਵੀ ਜੀਵਨ ਵਿੱਚ ਗੁਰਮਤ ਵਾਲੇ ਪਾਸੇ ਵੀ ਮੁੱਖ ਉਜਲਾ ਹੋਵੇ ਤੇ ਮਨਮਤ ਵੀ ਨਾ ਛੱਡਾਂ। ਮਨੁੱਖ ਦੀ ਇਹੋ ਹੀ ਤੇ ਬਦਕਿਸਮਤੀ ਹੈ ਵੀ ਉਹ ਮਨਮਤ ਵੀ ਕਰੀ ਜਾਣਾ ਚਾਹੁੰਦਾ ਤੇ ਗੁਰੂ ਨੂੰ ਵੀ ਖੁਸ਼ ਰੱਖਣਾ ਚਾਹੁੰਦਾ, ਉਹ ਆਪਣੀ ਜ਼ਿੰਦਗੀ ਦੇ ਅੰਦਰ ਅਧਰਮ ਵੀ ਰੱਜ ਕੇ ਕਮਾਉਣਾ ਚਾਹੁੰਦਾ ਤੇ ਧਰਮ ਦੀ ਦੁਨੀਆਂ ਦੇ ਅੰਦਰ ਵੀ ਆਪਣੀ ਥਾਂ ਬਣਾਉਣਾ ਚਾਹੁੰਦਾ, ਉਹ ਔਗਣ ਵੀ ਰੱਜ ਕੇ ਭੋਗਣਾ ਮੰਨਣਾ ਚਾਹੁੰਦਾ, ਉਹ ਵੀ ਨਹੀਂ ਛੱਡਣਾ ਚਾਹੁੰਦਾ ਤੇ ਗੁਣੀ ਬਣ ਕੇ ਵੀ ਸੰਸਾਰ ਵਿੱਚ ਆਪਣਾ ਵਿਖਾਵਾ ਕਰਨਾ ਚਾਹੁੰਦਾ। ਇਹ ਦੁਬਧਾ ਜੀਵਨ ਦੀ ਹਜ਼ੂਰ ਆਖਦੇ ਕਿਹਦਾ ਨੁਕਸਾਨ ਕਰੇਗੀ ਜਿਹੜਾ ਵਿਚਕਾਰ ਫਸਿਆ ਪਿਆ ਇਸ ਦੁਬਧਾ ਦੇ ਅੰਦਰ, ਜਿਹੜਾ ਇਹਨਾਂ ਦੋਵਾਂ ਰਸਤਿਆਂ ਦੇ ਵਿਚਕਾਰ ਖਲੋਤਾ ਹੈ, ਆਤਮਕ ਔਰ ਮਾਨਸਿਕ ਤੌਰ ਤੇ ਤਬਾਹ ਉਹ ਹੋਏਗਾ, ਕਿਉਂਕਿ ਦੁਬਧਾ ਵਾਲਾ ਇਨਸਾਨ ਸਦਾ ਹੀ ਆਪਣਾ ਨੁਕਸਾਨ ਕਰਦਾ। ਅੱਗੇ ਕਹਿੰਦੇ ਨੇ ਜਿਵੇਂ ਬੁਰਾ ਬਚਨ ਕਹਿ ਦੇਣ ਦੇ ਨਾਲ ਪ੍ਰੀਤ ਟੁੱਟ ਜਾਂਦੀ ਏ, ਪ੍ਰੀਤ ਨਹੀਂ ਨਿਭਦੀ, ਮੰਦਾ ਬਚਨ ਕਿਹਾ, ਬੁਰਾ ਬੋਲ ਕਿਹਾ, ਇਸੇ ਤਰ੍ਹਾਂ ਜਿਨ੍ਹਾਂ ਦੇ ਪੱਲੇ ਦੁਰਮਤ ਹੈ ਦੁਰਮਤ ਵਾਲਿਆਂ ਦੀ ਪ੍ਰੀਤ ਵਾਹਿਗੁਰੂ ਨਾਲ ਗੁਰੂ ਨਾਲ ਬਣ ਨਹੀਂ ਸਕਦੀ, ਭੈੜੀ ਮਤ। ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ। ਬਿਖੈ ਬਿਖ ਰਾਤੇ ਦਾ ਅਰਥ ਹੈ ਵੀ ਅਸੀਂ ਜ਼ਹਿਰ ਪੀਣ ਦਾ ਸੁਭਾਅ ਰੱਖਦੇ, ਜ਼ਹਿਰ ਵਿੱਚ ਰਤੇ ਹੋਏ, ਜ਼ਹਿਰੀਲਾ ਸੁਭਾਅ, ਜ਼ਹਿਰ ਨਾਲ ਹੀ ਪਿਆਰ। ਜ਼ਹਿਰ ਕਿਹਨੂੰ ਕਹਿ, ਮੰਦੇ ਆਚਰਣ ਨੂੰ, ਮਾੜਾ ਕਿਰਦਾਰ, ਮਾੜਾ ਵਿਹਾਰ, ਮਾੜੀ ਸੋਚ, ਇਹ ਜ਼ਹਿਰੀ ਤਾਂ ਹੈ ਜਿਹੜਾ ਮਾਨਸਿਕ ਆਤਮਕ ਤੌਰ ਤੇ ਮਨੁੱਖ ਨੂੰ ਖਤਮ ਕਰੇ, ਆਤਮਕ ਮੌਤ ਦਾ ਕਾਰਨ ਬਣੇ, ਜ਼ਮੀਰ ਨੂੰ ਮਾਰ ਦੇਵੇ। ਇਹ ਜ਼ਹਿਰ ਅਸੀਂ ਪੀਂਦੇ ਹਾਂ ਮੰਦੇ ਕਿਰਦਾਰ ਦਾ, ਮੰਦੇ ਵਿਚਾਰ ਦਾ, ਮੰਦੇ ਵਿਹਾਰ ਦਾ, ਪਰ ਗੁਰੂ ਦਾ ਮਾਰਗ ਹੈ ਅੰਮ੍ਰਿਤ ਦਾ ਮਾਰਗ, ਉੱਥੇ ਉਜਲੇ ਕਿਰਦਾਰ ਨੂੰ ਹੀ ਸਤਿਕਾਰ ਹੈ, ਉਜਲੇ ਵਿਹਾਰ ਨੂੰ ਹੀ ਸਨਮਾਨ ਹੈ, ਉਜਲੇ ਵਿਚਾਰਾਂ ਨੂੰ ਹੀ ਸਭ ਤੋਂ ਸ੍ਰੇਸ਼ਟ ਮੰਨਿਆ। ਹੁਣ ਮੰਦੇ ਕਿਰਦਾਰ ਦਾ ਇਹ ਮੰਦਾ ਆਚਰਣ ਲੈ ਕੇ ਜੇ ਕੋਈ ਆਕੇ ਵੀ ਮੈਂ ਗੁਰੂ ਦੇ ਨਾਮ ਦੀ ਮੋਹਰ ਆਪਣੇ ਜੀਵਨ ਉੱਤੇ ਲਵਾ ਲਵਾਂ ਵੀ ਮੇਰੇ ਪੱਲੇ ਗੁਰਮਤ ਹੈ, ਹਜ਼ੂਰ ਕਹਿੰਦੇ ਹੋ ਨਹੀਂ ਸਕਦਾ, ਸੰਸਾਰ ਐਸਾ ਹੀ ਤੇ ਕਰਦਾ ਹੈ ਨਾ। ਵੀ ਆਪਣੇ ਕਿਰਦਾਰ ਵਿੱਚ ਜ਼ਹਿਰ ਰੱਖਣਾ, ਮੈਲ ਰੱਖਣੀ ਹੈ, ਪਰ ਉੱਪਰ ਮੋਹਰ ਲਵਾਉਣੀ ਹੈ ਵੀ ਸਾਡੇ ਪੱਲੇ ਅੰਮ੍ਰਿਤ ਹੈ, ਅਸੀਂ ਬੜੇ ਹੰਸ ਹਾਂ, ਅਸੀਂ ਬੜੇ ਨੇਕ ਹਾਂ, ਬੜੇ ਚੰਗੇ ਹਾਂ। ਗੁਰੂ ਮਹਾਰਾਜ ਕਹਿੰਦੇ ਨੇ ਦੁਰਮਤ ਨਾਲ ਭਰਿਆ ਹੋਇਆ, ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲੇ ਗੁਰ ਚਾਲੀ, ਕਿਵੇਂ ਚੱਲੀਏ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ। ਅਸੀਂ ਸਹੀ ਮਾਇਨਿਆਂ ਚ ਗੁਰੂ ਦੇ ਰਾਹ ਦੇ ਪਾਂਧੀ ਨਹੀਂ ਜੇ ਸਾਡੇ ਕਿਰਦਾਰ ਦੇ ਅੰਦਰ ਜ਼ਹਿਰ ਭਰਿਆ, ਕੁੜੱਤਣ ਭਰੀਏ, ਜੇ ਸਾਨੂੰ ਜ਼ਹਿਰ ਜ਼ਹਿਰ ਦੇ ਨਾਲ ਹੀ ਪ੍ਰੇਮ ਹੈ, ਪਿਆਰ ਹੈ, ਤਾਂ ਸਹੀ ਮਾਇਨਿਆਂ ਚ ਅਸੀਂ ਗੁਰੂ ਵਾਲੇ ਨਹੀਂ ਹੋ ਸਕਦੇ। ਹਾਂ, ਮਨੁੱਖ ਕੋਸ਼ਿਸ਼ ਤੇ ਕਰਦਾ
ਵੀ ਜ਼ਹਿਰ ਦੇ ਉੱਤੇ ਅੰਮ੍ਰਿਤ ਦਾ ਲੇਬਲ ਲਾ ਲਵਾਂ ਤਾਂ ਕਿ ਘੱਟੋ ਘੱਟ ਲੋਕਾਂ ਦੀ ਨਜ਼ਰ ਜਿਹੜੀ ਏ ਉਹ ਮੇਰੇ ਪ੍ਰਤੀ ਸਵੱਲੀ ਜਿਹੀ ਬਣੀ ਰਵੇ ਵੀ ਬੰਦਾ ਬੜਾ ਚੰਗਾ। ਐਸਾ ਹੀ ਹੈ ਨਾ, ਅੰਦਰ ਕਪੜ ਰੱਖ ਕੇ ਮਨੁੱਖ ਬਾਹਰੋਂ ਧਾਰਮਿਕ ਪਹਿਰਾਵੇ ਵੀ ਪਹਿਨਦਾ ਹੈ, ਬਾਹਰੋਂ ਧਰਮ ਦੇ ਕਰਮ ਵੀ ਕਰਦਾ ਹੈ ਤਾਂ ਕਿ ਲੋਕਾਂ ਦੇ ਅੰਦਰ ਇਹ ਪ੍ਰਭਾਵ ਪਵੇ ਵੀ ਬੜਾ ਅੰਮ੍ਰਿਤਵਾਨ ਹੈ ਇਹ ਬੰਦਾ। ਪਰ ਹਜ਼ੂਰ ਆਖਦੇ ਨੇ ਸੱਚ ਜਾਣੋ, ਦੁਰਮਤ ਭੈੜੀ ਮਤ ਵਾਲਾ ਪਰ ਹਰ ਤਿਆਗ ਦਿੱਤਾ ਛਾਡੀ ਢੋਲ ਢੋਲ ਵਾਹਿਗੁਰੂ ਅਕਾਲ ਪੁਰਖ ਕੰਤ ਨੇ ਐਸੇ ਜ਼ਹਿਰ ਪੀਣਿਆਂ ਨੂੰ ਜ਼ਹਿਰੀਲੇ ਸੁਭਾਅ ਵਾਲਿਆਂ ਦਾ ਉਹਦੇ ਨਾਲ ਮਿਲਾਪ ਨਹੀਂ ਹੁੰਦਾ, ਉਹ ਫਿਰ ਆਪਣੇ ਮਾਰਗ ਦੇ ਪਾਂਧੀ ਬਣੇ ਆਪਣਾ ਫਲ ਭੋਗਦੇ ਨੇ। ਸਤਿਗੁਰੂ ਜੀ ਆਖਦੇ ਨੇ ਟੂਟੈ ਗੰਠ ਪੜੈ ਵਿਚਾਰ, ਜਿਹੜਾ ਵਿਚਾਰ ਵਿੱਚ ਪੈਂਦਾ ਹੈ ਪੜੈ, ਜਿਹੜਾ ਸੁਚੱਜੀ ਵਿਚਾਰ ਵਿੱਚ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਦਾ ਹੈ ਵੀ ਇਹਦਾ ਮੇਰੇ ਜੀਵਨ ਨੂੰ ਕੀ ਲਾਭ ਹੈ। ਵਿਚਾਰ ਦਾ ਅਰਥ ਹੈ ਵੀ ਆਪਣੇ ਆਤਮਕ ਮਾਨਸਿਕ ਜੀਵਨ ਨੂੰ ਪਰਤਾ ਕੇ ਨਿਰਖ ਕੇ ਪਰਖ ਕੇ ਵੇਖਣਾ ਗੁਰਬਾਣੀ ਦੇ ਉਪਦੇਸ਼ ਮੁਤਾਬਕ ਵੀ ਮੈਂ ਕਿੱਥੇ ਖੜਾ ਤੇ ਗੁਰੂ ਕੀ ਕਹਿੰਦਾ। ਇਹਨੂੰ ਕਹਿੰਦੇ ਨੇ ਵਿਚਾਰ ਕਰਨਾ। ਵਿਚਾਰ ਦਾ ਅਰਥ ਹੀ ਇਹ ਹੈ, ਵਿਚਾਰ ਦਾ ਅਰਥ ਇਕੱਲਾ ਇਹ ਨਹੀਂ ਵੀ ਇਹ ਦੱਸੀ ਜਾਣਾ ਵੀ ਗੁਰੂ ਵੱਡਾ, ਨਾਲ ਆਪਣੇ ਆਪ ਨੂੰ ਵੀ ਵੇਖਣਾ ਵੀ ਮੇਰੇ ਜੀਵਨ ਅੰਦਰ ਕਿੱਥੇ ਕਮੀ ਹੈ, ਗੁਰੂ ਦਾ ਸ਼ਬਦ ਉਹਨੂੰ ਕਿਵੇਂ ਦੂਰ ਕਰਦਾ, ਆਪਣੇ ਆਤਮਕ ਮਾਨਸਿਕ ਜੀਵਨ ਨੂੰ ਆਪਣੇ ਕਿਰਦਾਰ ਨੂੰ ਗੁਰੂ ਦੇ ਉਪਦੇਸ਼ ਦੇ ਮੁਤਾਬਕ ਸ਼ਬਦ ਦੇ ਮੁਤਾਬਕ ਨਿਰਖਣਾ ਪਰਖਣਾ, ਇਹਦਾ ਨਾਂ ਹੈ ਵਿਚਾਰ ਕਰਨਾ। ਜਿੱਥੇ ਐਸਾ ਵਿਚਾਰ ਹੈ, ਜਿਹੜਾ ਇਸ ਵਿਚਾਰ ਵਿੱਚ ਪੈ ਗਿਆ, ਹਜ਼ੂਰ ਕਹਿੰਦੇ ਟੂਟੈ ਗੰਠ, ਉਹਦੇ ਅੰਦਰ ਦੀ ਸਹਿਮ ਦੀ ਗੰਢ ਖੁੱਲ ਜਾਏਗੀ, ਉਹਦੀਆਂ ਮੁਸ਼ਕਲਾਂ ਦੀ ਗੰਢ ਖੁੱਲ ਜਾਏਗੀ, ਉਹਦੀ ਉਲਝਣ ਹੱਲ ਹੋ ਜਾਏਗੀ, ਉਹਦਾ ਜੀਵਨ ਉਲਝਿਆ ਹੋਇਆ ਨਹੀਂ ਰਹੇਗਾ, ਉਹ ਸੁਲਝੇ ਜੀਵਨ ਦਾ ਮਾਲਕ ਬਣ ਜਾਏਗਾ ਜਿਹੜਾ ਇਸ ਵਿਚਾਰ 'ਚ ਪੈ ਗਿਆ। ਜਿਸ ਨੇ ਵਿਚਾਰ ਵੱਲੋਂ ਆਪਣੇ ਕੰਨ ਬੰਦ ਰੱਖੇ, ਆਪਣੀ ਬੁੱਧ ਉੱਤੇ ਵਿਚਾਰ ਦੀ ਛਾਪ ਨਹੀਂ ਪੈਣ ਦਿੱਤੀ, ਉਹ ਆਪਣੀ ਮਨ ਮਰਜ਼ੀ ਨਾਲ ਜਿਉਂਦੇ ਨੇ, ਔਰ ਉਸੇ ਤਰ੍ਹਾਂ ਹੀ ਗੁਰੂ ਦੇ ਨਾਲੋਂ ਅੰਦਰੂਨੀ ਤੌਰ ਉੱਤੇ ਉਹਨਾਂ ਦਾ ਸੰਬੰਧ ਸਦਾ ਟੁੱਟਿਆ ਰਹਿੰਦਾ, ਕਿਉਂਕਿ ਉਹ ਵਿਚਾਰ ਵਾਲੇ ਪਾਸੇ ਉਹਨਾਂ ਨੇ ਧਿਆਨ ਨਹੀਂ ਕੀਤਾ। ਤਾਂ ਗੁਰੂ ਮਹਾਰਾਜ ਬਾਣੀ ਦੇ ਵਿੱਚ ਆਖਦੇ ਨੇ, ਜਿਨ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਜਿਨ੍ਹਾਂ ਦੇ ਅੰਦਰ ਸੋਝੀ ਨਹੀਂ, ਜਿਨ੍ਹਾਂ ਦੇ ਅੰਦਰ ਵਿਚਾਰ ਦਾ ਤੱਤ ਨਹੀਂ, ਜਿਹੜੇ ਵਿਚਾਰ ਵਾਲੇ ਪਾਸੇ ਭਾਵ ਆਪਣੇ ਜੀਵਨ ਨੂੰ ਨਿਰਖਣ ਤੇ ਪਰਖਣ ਵਾਲੇ ਪਾਸੇ ਵੱਲ ਨਹੀਂ ਤੁਰੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਮੁਤਾਬਕ ਆਪਣੇ ਜੀਵਨ ਅੰਦਰ ਝਾਤ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ ਭੁਲੇਖੇ, ਭਰਮ ਉਹਨਾਂ ਦੇ ਜੀਵਨ ਅੰਦਰ ਜਿਉਂਦੇ ਤਿਉਂ ਹੀ ਬਣੇ ਰਹਿੰਦੇ ਨੇ, ਇਹ ਗੰਢਾਂ ਖੁੱਲਦੀਆਂ ਨਹੀਂ, ਸਾਰੀ ਜ਼ਿੰਦਗੀ ਪੱਕੀਆਂ ਹੀ ਹੁੰਦੀਆਂ ਜਾਂਦੀਆਂ ਨੇ। ਸਤਿਗੁਰੂ ਆਖਦੇ ਗੁਰ ਸ਼ਬਦੀ ਘਰ ਕਾਰਜ ਸਾਰ, ਗੁਰੂ ਦੇ ਉਪਦੇਸ਼ ਨਾਲ ਗੁਰੂ ਦੇ ਸ਼ਬਦ ਨਾਲ ਹਿਰਦੇ ਦਾ ਹਿਰਦੇ ਰੂਪੀ ਘਰ ਦਾ ਸਫਲ ਹੋ ਜਾਣਾ ਸ੍ਰੇਸ਼ਟ ਹੋ ਜਾਂਦਾ, ਭਾਵ ਉਹਨਾਂ ਦੇ ਹਿਰਦੇ ਦੇ ਅੰਦਰੋਂ ਵਿਕਾਰ ਨਿਕਲ ਗਏ, ਮਨ ਮਤ ਨਿਕਲ ਗਈ, ਮਾੜੇ ਜੀਵਨ ਦਾ ਪ੍ਰਭਾਵ ਖਤਮ ਹੋ ਗਿਆ, ਸਤਿਗੁਰੂ ਆਖਦੇ ਨੇ ਉਹਨਾਂ ਦੇ ਘਰ ਦਾ ਕਾਰਜ ਰਾਸ ਹੋ ਗਿਆ, ਹਿਰਦੇ ਨੂੰ ਸਵਾਰ ਲਿਆ ਉਹਨਾਂ ਨੇ, ਮਨ ਦੀ ਧਰਤੀ ਨੂੰ ਸਿੱਧ ਪੱਧਰਾ ਕਰ ਲਿਆ। ਲਾਹਾ ਸਾਚ ਨਾ ਆਵੇ ਟੋਟਾ, ਉਹਨਾਂ ਨੇ ਸਹੀ ਮਾਇਨਿਆਂ ਵਿੱਚ ਸੱਚ ਦਾ ਲਾਭ ਪ੍ਰਾਪਤ ਕੀਤਾ ਤੇ ਸਾਰੀ ਆਤਮਕ ਮਾਨਸਿਕ ਜ਼ਿੰਦਗੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਤੋਟਾ ਨਹੀਂ ਵਿਆਪਦਾ, ਭਾਵ ਉਹ ਘਾਟੇ ਵਿੱਚ ਨਹੀਂ, ਉਹਨਾਂ ਨੇ ਸਹੀ ਅਰਥਾਂ ਵਿੱਚ ਜੀਵਨ ਦਾ ਲਾਭ ਪ੍ਰਾਪਤ ਕਰ ਲਿਆ, ਜਿਹਨੂੰ ਗੁਰੂ ਮਹਾਰਾਜ ਸਫਲ ਜੀਵਨ ਆਖਦੇ ਨੇ। ਸਫਲ ਜੀਵਨ ਕਿਹੜਾ ਹੈ? ਜਿਹਨੇ ਜ਼ਿੰਦਗੀ ਦੇ ਅਰਥ ਸਮਝ ਲਏ, ਜਿਹਨੇ ਜ਼ਿੰਦਗੀ ਨੂੰ ਸੱਚ ਭਰਪੂਰ ਕਰਕੇ ਆਨੰਦ ਨਾਲ ਸਹਿਜ ਨਾਲ ਜੀ ਲਿਆ, ਉੱਤਮ ਵਿਹਾਰ ਮਨੁੱਖਾਂ ਵਾਲਾ ਜਿਹਨੇ ਆਪਣੇ ਅੰਦਰ ਕੁਆਲਿਟੀ ਗੁਣ ਪੈਦਾ ਕਰ ਲਏ, ਖੂਬੀ ਪੈਦਾ ਕਰ ਲਈ, ਉਹਨੇ ਲਾਭ ਖੱਟਿਆ, ਬਾਕੀ ਤਾਂ ਜੂਨ ਭੋਗ ਰਹੇ ਨੇ, ਔਰ ਜੂਨ ਭੋਗ ਕੇ ਸੰਸਾਰ ਤੋਂ ਤੁਰਦੇ ਨੇ। ਹਜ਼ੂਰ ਆਖਦੇ ਨੇ ਉਹਨਾਂ ਦੇ ਅੰਦਰ ਸਹੀ ਮਾਇਨਿਆਂ ਵਿੱਚ ਲਾਹਾ ਸਾਚ ਨਾ ਆਵੇ ਟੋਟਾ, ਤੇ ਭਵਨ ਠਾਕੁਰ ਪ੍ਰੀਤਮ ਮੋਟਾ। ਹਜ਼ੂਰ ਆਖਦੇ ਨੇ ਵੱਡਾ ਪਿਆਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਭਵਨਾਂ ਵਿੱਚ ਵਿਆਪਕ ਹੈ ਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਮਾਲਕ ਹੈ, ਉਹਨਾਂ ਜੀਵਾਂ ਦੀ ਸਾਂਝ ਉਸ ਵੱਡੇ ਰੱਬ ਨਾਲ ਬਣ ਗਈ, ਇਸ ਕਰਕੇ ਉਹ ਵੀ ਛੋਟੇ ਜੀਵਨ ਦੇ ਦਾਇਰੇ ਚੋਂ ਨਿਕਲ ਕੇ ਵੱਡੇ ਜੀਵਨ ਵਾਲੇ, ਵਿਸ਼ਾਲ ਸੋਚਣੀ ਵਾਲੇ, ਆਤਮਕ ਤੌਰ ਉੱਪਰ ਸਮ ਦ੍ਰਿਸ਼ਟੀ ਰੱਖਣ ਵਾਲੇ, ਸਭਨਾਂ ਵਿੱਚ ਰੱਬ ਨੂੰ ਵੇਖਣ ਵਾਲੇ ਸੁਭਾਅ ਦੇ ਮਾਲਕ ਬਣ ਗਏ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸਾਡੀ ਜ਼ਿੰਦਗੀ ਦਾ ਆਸਰਾ ਬਣੇ, ਐਸੀ ਬੇਨਤੀ ਹੈ
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।